ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਲਓ ਜੀ ਵੀਰ ਦਾ ਦੂਸਰਾ ਖੁੱਡਾ ਜਿਹਦੇ ਵਿੱਚ ਮਦੀਨਾ ਪਾਰਟ 1 ਦੇ ਵਿੱਚ ਮੰਨੂ ਵੀਰ ਡੈਰੀਆਂ ਵਾਲੇ ਇਹਨਾਂ ਦੇ ਕਬੂਤਰਾਂ ਦਾ ਤੁਹਾਨੂੰ ਬੱਚਿਆਂ ਦਾ ਸ਼ੌਂਕ ਕਰਾਇਆ ਅਤੇ ਬਾਈ ਦੇ ਨਾਲ ਗੱਲਬਾਤ ਵੀ ਕੀਤੀ ਅਤੇ ਇਹ ਆ ਜੀ ਮਦੀਨਾ ਜਿਹੜੀਆਂ ਬਾਜੀ ਦੇ ਵਿੱਚ ਉੱਡਣ ਵਾਲੀਆਂ ਨੇ ਜੀ। ਇਹਨਾਂ 'ਚੋਂ ਕੋਈ ਉਡਾਈ ਹੋਈ ਵੀਰੇ ਆਪਾਂ ਮਦੀਨ? ਹਾਂਜੀ ਹਾਂਜੀ ਭਾਜੀ। ਇਹ ਜੀ ਮੰਨੂ ਵੀਰ ਦੇ ਕਬੂਤਰ ਡੱਬਾ ਕਾਲਾ ਵੀ ਬਹੁਤ ਸੁਨੱਖਾ ਜੀ। प्यो लै गया जिना जिनी बार अड़ाई है ना भाजी। हां जी भाजी मेरे ख्याल जे भाजी अहीं 20 वारी छड्डी है ते 1 अद्धी वारी घरे बैठी है भाजी। अपने को फार्म पे ने एक भाजी डब्बी कबूतरी अपनी काली डब्बी कबूतर दिखावांगे कोशिश रहूगी कि तुहानू लाइव दिखाईए जो भी रिजल्ट आएगा तुहानू नाल सांझा जरूर करांगे जी। खट्टियां अखां दी कबूतरी और 13 घंटे प्लस दी उडार दिंदी है जी। बहुत वधिया वीर जी इह वी साडे उस्ताद जी दी है भाजी चपटा सिर है जी एदा बहुत वधिया वीर जी। आ इहदी मां भी बैठी है भाजी आ बैठी है इहदी मां देखो जी पैरां ते डके तुहानू दिखाने आ इह वी पीलियां अखां दी नवी पट्ठी है जी। वीर दे कोल कबूतर बहुत बहुत चंगे ते उडार भी वधिया हुंदी आ कंपीटीशन पूरा टफ चलदा जी इत्थे ते दशहरा कप भाई तुसी उडा रहे हो? नहीं नहीं भाजी अपने नाल लगड़ दा बहुत भाजी कहरा। हां बैरी करके काफी बंदे जेड़े छड गए। हां जी 3-4 बच्चे दा भाई अपने रह गए ने 2-3 लगड़ लै गई है भाजी। हां जी भाजी भरिया पिया सारा सेटअप। हां जी हां जी ते हुण भाजी कबूतर बहुत घट रह गए इहनां 'च। आ वा भाजी अपनी वड्डी कबूतरी है भाई आ संधूरी पलक किनू कहिंदे जिन्हां नूं नहीं पता उहनां वास्ते वीर जी जिहड़ा उपरली पलक देखो संधूरी आ लाल है जी इस करके इहनां नूं संधूरी पलकां वाले कहा जांदा जी। ਇਹ ਨਸਲ ਡਾਈ ਦੀ ਆ ਭਾਜੀ ਇਹ ਬਹੁਤ ਵਧੀਆ ਪਰ ਵੀ ਇਹਦੇ ਜੀ ਕਬੂਤਰ ਦੇ ਵੀਰ ਬਹੁਤ ਸਾਫ ਸਾਫ ਨੇ ਤੇ ਪਰ ਵੀ ਜਿਹੜੇ ਵਧੀਆ ਨੇ ਜੀ। ਆ ਗਾਂ ਬੈਠੀ ਆ ਇਹਨਾਂ ਦੀ ਪੱਠੀ ਆ ਭਾਜੀ ਇਹਨਾਂ ਦੀ ਇਹ ਵੀ ਕੱਚੀਆਂ ਪੀਲੀਆਂ ਅੱਖਾਂ ਦੀ ਆ ਭਾਜੀ। ਸਹੀ ਹੈ ਜੀ ਆ ਦੇਖੋ ਭਾਜੀ ਵਧੀਆ ਇਹ ਦੇਖੋ ਜੀ ਇਹਦੀ ਅੱਖ ਇੱਕਦਮ ਕੱਚੀ ਪੀਲੀ ਹੈ ਜੀ ਬਹੁਤ ਵਧੀਆ ਵੀਰ ਜੀ। ਇਹ ਇਹਦੇ ਪਰ ਜੀ ਸੋਹਣੇ ਪਰ ਨੇ ਜੀ। ਇਹ ਭਾਜੀ ਸਾਡੇ ਹੈਪੀ ਸਟਾਰ ਜੀ ਨੇ ਆਪਾਂ ਨੂੰ ਆ ਵੀ ਉਹਨਾਂ ਦੀਆਂ ਹੀ ਨੇ ਜੀ ਕਬੂਤਰੀਆਂ। ਹੈਲੋ ਵੀਰ ਜੀ ਲਾਲ ਸ੍ਰੀ ਚਟੀਆਂ ਦੀ ਬਹੁਤ ਵਧੀਆ ਛਤਰੀ ਤੋਂ ਲਾ ਕੇ ਦਿੱਤੀ ਆ ਭਾਜੀ ਉਹਨਾਂ ਨੇ ਆਪਾਂ ਨੂੰ ਜੀ ਉੜਦੀ ਕਬੂਤਰੀ ਪਰ ਆ ਰਹੇ ਨੇ ਜੀ ਵਿੱਚ ਇਹਦੇ ਕਲੀਆਂ ਸਿੱਟੀਆਂ ਹੋਈਆਂ ਨੇ ਜੀ। ਠੀਕ ਹੈ ਇਹ ਜੀ ਕਬੂਤਰੀਆਂ ਦਾ ਵੀਰ ਜੀ ਤੁਹਾਨੂੰ ਆਪਾਂ ਸ਼ੌਂਕ ਕਰਾਇਆ ਵੀਰ ਦੀਆਂ ਅਤੇ ਸਾਫ ਸਫਾਈ ਵੀ ਬਹੁਤ ਵਧੀਆ ਬਾਈ ਦੀ ਸਾਂਭ ਸੰਭਾਲ ਬਹੁਤ ਜ਼ਿਆਦਾ ਹੈ ਜੀ ਅਤੇ ਸ਼ੌਂਕ ਬਹੁਤ ਜ਼ਿਆਦਾ ਸ਼ੌਂਕ ਦਾ ਕੋਈ ਮੁੱਲ ਨਹੀਂ ਜੀ। ਇਹ ਕਬੂਤਰੀਆਂ ਦਾ ਸ਼ੌਂਕ ਰਿਹਾ ਬਾਕੀ ਕਬੂਤਰਾਂ ਦਾ ਵੀ ਤੁਹਾਨੂੰ ਸ਼ੌਂਕ ਕਰਾਉਣ ਜਾ ਰਹੇ ਹਾਂ ਜੀ। ਇੱਧਰ ਵੀ ਭਾਈ ਖੁੱਡੇ 'ਚ ਜੋੜੀਆਂ ਲੱਗੀਆਂ ਹੋਈਆਂ ਜੋੜੀਆਂ ਇੱਧਰ ਉੱਪਰ ਵੀ ਹੈਗੀਆਂ ਨੇ ਉਹਨਾਂ ਦਾ ਵੀ ਤੁਹਾਨੂੰ ਸ਼ੌਂਕ ਕਰਾਉਂਦੇ ਹਾਂ ਜੀ। ਇਹ ਬਾਈ ਨੇ ਇੱਕ ਲੱਕੀ ਵੀ ਰੱਖੀ ਹੋਈ ਸ਼ੌਂਕ ਦੇ ਨਾਲ ਇਹ ਭਾਈ ਇਹਦੀ ਬੇਕਦਰੀ ਬਹੁਤ ਹੁੰਦੀ ਸੀ ਇਹਨੂੰ ਕੋਈ ਕਿੱਥੇ ਦੇ ਦਿੰਦਾ ਕੋਈ ਕਿੱਥੇ ਮੈਂ ਕਿਹਾ ਚੱਲ ਸਾਡੇ ਦਾਣੇ ਦੂਣੇ ਖਾਈਏ। ਠੀਕ ਹੈ ਜੀ ਪਰ ਇਹ ਕਿਸੇ ਨੂੰ ਦਿੱਤੀ ਨਹੀਂ ਹੈ। ਇਹ ਲਓ ਜੀ ਵੀਰ ਨੇ ਕੁਝ ਇੱਥੇ ਜੋੜੀਆਂ ਲਾਈਆਂ ਤੇ ਪੈਰਟ ਕਲਰ ਕੀਤਾ ਹੋਇਆ ਕਬੂਤਰਾਂ ਨੂੰ
ਇਹ ਲਓ ਜੀ ਕੱਲਾ ਕੱਲੇ ਕਬੂਤਰਾਂ ਦਾ ਜੋੜਿਆਂ ਦਾ ਕਰ ਲਓ ਸ਼ੌਂਕ ਪਰਿੰਦੇ ਬਹੁਤ ਸੋਹਣੇ ਤਗੜੇ ਕੱਚੀਆਂ ਪੀਲੀਆਂ ਦੇ ਕਬੂਤਰ ਬਾਈ ਦੇ ਕੋਲ ਬਹੁਤ ਜ਼ਿਆਦਾ ਨੇ ਜੀ ਨਸਲਾਂ ਬਣਾਉਣ ਨੂੰ ਟਾਈਮ ਲੱਗ ਜਾਂਦਾ ਜੀ ਤੇ ਬਾਈ ਨੇ ਪੂਰਾ ਜਿਹੜਾ ਵਧੀਆ ਸੈਟਅਪ ਤਿਆਰ ਕੀਤਾ ਤੇ ਵਧੀਆ ਕਬੂਤਰ ਇਹ ਦੇਖੋ ਜੀ ਇੱਕੋ ਜਿਹੇ ਲਾਲ ਸਰੇ ਤਿੰਨ ਤੇ ਇਹ ਬਹੁਤ ਵਧੀਆ ਨੇ ਇਹਨਾਂ ਦੀਆਂ ਅੱਖਾਂ ਵੀ ਬਹੁਤ ਚੰਗੀਆਂ ਕੱਚੀਆਂ ਪੀਲੀਆਂ ਹੀ ਨੇ ਜੀ ਇਹ ਦੋਵਾਂ ਦੀਆਂ ਇਹ ਉਸੇ ਜੋੜੇ ਦੇ ਪੱਠੇ ਆ ਭਾਜੀ ਸਾਰੇ ਜੀ ਬਾਈ ਜੀ ਬਹੁਤ ਚੰਗੇ ਪਰਿੰਦੇ ਆ ਆ ਵੀ ਜੋੜਾ ਭਾਈ ਮਗਰ ਵਾਲਾ ਸਾਡੇ ਉਸਤਾਦ ਜੀ ਨੇ ਸਰਦਾਰ ਸਿੰਘ ਗਰੇਵਾਲ ਜੀ ਉਹਨਾਂ ਨੇ ਸਾਨੂੰ ਜੋੜਾ ਕਿਹਾ ਇਹ ਚਿੱਟੀਆਂ ਅੱਖਾਂ ਦਾ ਜੀ ਹਾਂਜੀ ਇਹਨਾਂ ਦਾ ਨਾਮ ਭਾਜੀ ਨੁਕਰੇ ਰੱਖਿਆ ਹੋਇਆ ਬਾਈ ਨੇ ਨੁਕਰੇ ਨੁਕਰੇ ਰੱਖਿਆ ਜੀ ਇਹ ਇਹਨਾਂ ਦੀ ਨਸਲ ਤੁਸੀਂ ਹਾਂ ਦੇਖੋ ਜੀ ਇਹਨਾਂ ਦੀਆਂ ਇੱਕ ਇੱਕ ਕਰਕੇ ਦਿਖਾਓ ਹਾਂ ਦੇਖੋ ਜੀ ਦੇਖੋ ਬਾਈ ਜੀ ਜੋੜਾ ਚਿੱਟੀਆਂ ਅੱਖਾਂ ਦਾ ਦਿਲ ਖਿੱਚਵਾਂ ਜੋੜਾ ਆ ਜੀ ਬਹੁਤ ਹੀ ਸੋਹਣੇ ਪੰਛੀ ਵੀਰੇ ਨਾ ਇੱਕ ਛੱਡੋ ਇੱਕ ਦੇ ਪਰ ਦਿਖਾਓ ਜੀ ਆਹ ਦਿਖਾਓ ਇਹ ਦੇਖੋ ਜੀ ਤੇ ਚੁੰਝ ਵੀ ਦਿਖਾਓ ਜੀ ਇਹਦੀ ਇਹ ਦੇਖੋ ਅੱਖਾਂ ਜੀ ਬਹੁਤ ਹੀ ਸੁਨੱਖਾ ਜੋੜਾ ਪੰਜੇ ਦਿਖਾ ਦਿਓ ਜੀ ਇਹਦੇ ਨਲੀ ਪੈਰੇ ਜੀ ਮੋਜੇ ਪੈਰ ਦੇਖੋ ਕਿੰਨੇ ਨੀਲੇ ਆ ਜੀ ਇਹਨਾਂ ਦੇ ਬਹੁਤ ਵਧੀਆ ਜੋੜਾ ਬਾਈ ਜੀ ਛੱਡ ਦਿਓ ਜੀ ਨੇੜੇ ਤੋਂ ਮੈਂ ਦਿਖਾਉਣਾ ਜੀ ਤੁਹਾਨੂੰ ਹੁਣ ਕਬੂਤਰ ਇੱਕ ਇਹ ਕਬੂਤਰ ਹੀ ਦਿਖਾਓ ਜੀ ਆਹ ਕੱਚੀਆਂ ਪੀਲੀਆਂ ਵਾਲੀ ਆਹ ਫੜਿਓ ਇਹ ਭਾਜੀ ਆਪਣੇ ਕੋਲ ਭੈਣਾਂ ਹੀ ਨੇ ਭਾਜੀ ਇਹ ਸਾਰੀਆਂ ਦੋਵੇਂ ਭੈਣਾਂ ਹੀ ਨੇ ਸਕੀਆਂ ਭੈਣਾਂ ਨੇ ਜੀ ਦੋਵੇਂ ਤੇ ਦੋਵੇਂ ਮੈਂ ਸਾਂਭ ਲਈਆਂ ਸੀ ਜੀ ਐਤਕੀ ਕਿਉਂਕਿ ਮੇਰੇ ਕੋਲ ਨਾ ਜੋੜਾ ਨਰ ਕੱਢਦਾ ਜੀ ਜ਼ਿਆਦਾ ਮਦੀਨਾ ਬਹੁਤ ਘੱਟ ਕੱਢਦੇ ਨੇ ਜੀ ਨੈਚੁਰਲੀ ਗੱਲ ਆ ਮਦੀਨਾ ਹਰ ਖੁੱਡੇ 'ਚ ਹੀ ਘੱਟ ਹੁੰਦੀਆਂ ਨੇ ਜੀ ਆਹ ਕਰੋ ਸ਼ੌਂਕ ਵੀਰੇ ਦੇਖੋ ਅੱਖ ਕਬੂਤਰੀ ਦੀ ਤੁਸੀਂ ਵੀ ਕਹੋਗੇ ਕਿ ਹੈ ਆ ਹੀਰੇ ਆ ਹੀਰੇ ਇਹਨਾਂ ਦੇ ਪਰ ਵੀ ਕੰਨੇ ਵੀ ਭਾਈ ਪੂੰਛ ਨਾਲੋਂ ਬਾਹਰ ਜਾਂਦੇ ਐਂ ਲਓ ਜੀ ਦੂਸਰੀ ਦੀਆਂ ਅੱਖਾਂ ਦਾ ਵੀ ਸ਼ੌਂਕ ਕਰੋ ਜੀ ਹੈ ਜੀ ਪੰਛੀ ਦੇਖਣ ਵਾਲੇ ਨਾ ਬਾਈ ਦੀ ਮਿਹਨਤ ਐਵੇਂ ਨਹੀਂ ਛਾਵਾਂ ਪੈਂਦੀਆਂ ਕਿਸੇ ਗੱਲ ਨੂੰ ਪੈਂਦੀਆਂ ਨੇ ਜੀ ਬਹੁਤ ਅੱਛੇ ਅੱਛੇ ਪਰਿੰਦੇ ਨੇ ਜੀ ਬਾਈ ਹੁਣਾਂ ਦੇ ਕੋਲ ਠੀਕ ਆ ਵੀਰ ਜੀ ਤੁਹਾਨੂੰ ਭਾਜੀ ਮੈਂ ਕਬੂਤਰ ਦਿਖਾਉਂਦਾ ਜੀ ਇਹ ਆਪਾਂ ਨੂੰ ਜੀ ਗਿਫਟ ਹੀ ਹੈ ਜੀ ਗੋਲਡ ਗਿਫਟ ਹੀ ਹੈ ਇੱਕ ਤਰ੍ਹਾਂ ਦਾ ਕਬੂਤਰ ਬੈਠਾ ਜੀ ਭਾਜੀ ਮੇਰੇ ਤਾਂ ਜੀ ਮੈਂ ਦੇਣ ਲੱਗਿਆ ਸੀ ਕਹਿੰਦੇ ਯਾਰ ਕਬੂਤਰ ਨਾ ਕਿਸੇ ਨੂੰ ਦੇਈ ਤਜਰਬਾ ਬਹੁਤ ਆਈ ਉਹਨਾਂ ਨੂੰ ਕਬੂਤਰ ਬਾਈ ਦਾ ਸਹੀ ਹੈ ਜੀ ਕਹਿੰਦੇ ਕਬੂਤਰ ਨਾਲ ਹੀ ਨੀ ਨਸਲ ਬਣਾ ਉੱਡੂ ਭਾਈ ਇਹਦੇ ਬੱਚੇ ਕਢਾਏ ਆਪਾਂ ਇਹਦੇ ਬੱਚੇ ਥੱਲੇ ਬੈਠੇ ਆ ਭਾਜੀ ਸਹੀ ਹੈ ਜੀ ਭਾਈ ਮੈਂ 15-15 ਦਿਨ ਅੜਾਵਾਂ ਭਾਜੀ ਤਾਂ ਵੀ ਉੱਡਦੇ ਨੇ ਸਹੀ ਹੈ ਜੀ ਆਹ ਵੀ ਡੱਬੀ ਉੱਥੋਂ ਆਈ ਹੋਈ ਹੈ ਜੀ ਉਸਤਾਦ ਜੀ ਇਹ ਦੇਖੋ ਜੀ ਡੱਬੀ ਪਰ ਦੇਖੋ ਪੂਛ ਦੇ ਬਰਾਬਰ ਜੀ ਖੱਟੀਆਂ ਅੱਖਾਂ ਇਸ ਡੱਬੀ ਦੀਆਂ ਜੀ ਅੱਜ ਦਾ ਸ਼ੌਂਕ ਜਿਹੜਾ ਹੈਗਾ ਆਲਾ ਵਧੀਆ ਸ਼ੌਂਕ ਆ ਜੀ ਵੱਖਰੇ ਪੈਰ ਦੇਖੋ ਕਿਵੇਂ ਨੀਲੇ ਨੇ ਕਬੂਤਰਾਂ ਦੇ ਉਧਰ ਇਹ ਡੱਖੇ ਵਾਲੀ ਪੱਠੀ ਨਹੀਂ ਬੈਠੀ ਕੱਲ ਨੂੰ ਵੀ ਇਹਦੀ ਵੀ ਪੱਠੀ ਹੈ ਜੀ ਇਹਦੀ ਪੱਠੀ ਹੈ ਜਿਹੜੇ ਤੁਹਾਨੂੰ ਬੱਚੇ ਦਿਖਾਏ ਡੱਬਿਆਂ ਦੇ ਵਿੱਚੋਂ ਇਹਨਾਂ ਦੇ ਨੇ ਜੀ ਨਰ ਉਹ ਲੱਗਾ ਜੀ ਪਿੱਛੇ ਬੈਠਾ ਇਹ ਜੋੜਾ ਵੀ ਦੇਖੋ ਜੀ ਆ ਖੱਟੀਆਂ ਅੱਖਾਂ ਦਾ ਉੱਪਰ ਬੈਠਾ ਬਹੁਤ ਚੰਗੇ ਚੰਗੇ ਜੋੜੇ ਨੇ ਜੀ ਬਾਈ ਹੁਣਾਂ ਦੇ ਕੋਲ ਤੇ ਇੱਕ ਬੱਚਾ ਵੀ ਕੱਢਿਆ ਹੋਇਆ ਹਰ ਕਬੂਤਰ ਜਿਹੜਾ ਜੀ ਦਿਲ ਖਿੱਚਵਾਂ ਜਿਵੇਂ ਕਿ ਆਹ ਜਿਹੜਾ ਬਾਈ ਨੇ ਦਿਖਾਇਆ ਨਾ ਜਿਹੜੇ ਨੁਕਰੇ ਦਿਖਾਏ ਨੇ ਇਹ ਆ ਨੁਕਰੇ ਕਬੂਤਰ ਜੀ ਬਾਕੀ ਨੁਕਰੇ ਨੇ ਐਨ ਸੁਨੱਖੇ ਜੋੜਾ ਕਹਿੰਦਾ ਘੁਆਂਦਾ ਜੀ ਬਾਹਲਾ ਹੀ ਸੋਹਣਾ ਜੋੜਾ ਬਾਈ ਜੀ ਮਜ਼ਾ ਆ ਗਿਆ ਦੇਖ ਕੇ ਕਬੂਤਰ ਵੀਰ ਦੇ ਇਹ ਜੀ ਆਪਾਂ ਤੁਹਾਨੂੰ ਇਹ ਬੱਚੇ ਇੱਧਰ ਵੀ ਕੱਢੇ ਹੋਏ ਨੇ ਇਹ ਵੀ ਕੱਚੀਆਂ ਪੀਲੀਆਂ ਦੀ ਬੈਠੀ ਹੈ ਜੀ ਵਿੱਚ ਆਹ ਕਬੂਤਰੀ ਭਾਜੀ ਆਹ ਕਬੂਤਰੀ ਦਾ ਤੁਹਾਨੂੰ ਰਿਕਾਰਡ ਦੱਸਦਾ ਭਾਜੀ ਮੈਂ ਐਂ ਲਓ ਜੀ ਕਰੋ ਲਾਲ ਸਰਾ ਚਿੱਟੀਆਂ ਦਾ ਬਹੁਤ ਪੱਛ ਅੱਛਾ ਪਰਿੰਦਾ ਜੀ ਕਬੂਤਰੀ ਭਾਜੀ ਸਾਨੂੰ ਨਾ
ਬਾਬੇ ਨਾਨਕ ਜੀ ਨੇ ਗਿਫਟ ਕੀਤੀ ਹੋਈ ਹੈ ਜੀ। ਠੀਕ ਹੈ ਜੀ, ਵਾਹਿਗੁਰੂ ਦੀ ਕਿਰਪਾ ਆਪਣੇ ਹੱਥ ਆਈ ਹੈ। ਇਹ ਕਬੂਤਰੀ ਬਾਈ ਜੀ ਮੈਂ ਦੇਣਾ ਸਾਹਿਬ ਗੁਰਦੁਆਰਾ ਅਸੀਂ ਜਾਂਦੇ ਮੱਥਾ ਟੇਕਣ। ਹਾਂਜੀ, ਇਹ ਡਿੱਗੀ ਹੋਈ ਸੀ ਭਾਈ ਜੀ ਕਬੂਤਰੀ। ਠੀਕ ਹੈ ਜੀ। ਤੇ ਭਾਈ ਇਹਦੀ ਛੱਡਤੀ ਇੱਕ ਕਰ ਤਾਂ ਮਤਲਬ ਇੰਨੀ ਕੁ ਢਿੱਲੀ ਸੀ ਭਾਈ ਕਬੂਤਰੀ, ਇਹ ਅਸੀਂ ਨਾਲ ਲਿਆ ਜੀ। ਸਹੀ ਹੈ ਜੀ। ਮੁੰਡੇ ਨੇ ਭਾਜੀ ਆਪਣਾ ਫਿਰੋਜ਼ਪੁਰ ਰੋਡ ਦੇ ਉੱਤੇ ਛੱਡਤੀ। ਠੀਕ ਹੈ ਜੀ। ਕਹਿੰਦਾ ਯਾਰ ਡਾ ਦੇ, ਕਹਿੰਦਾ ਯਾਰ ਆਪਣਾ ਪਾਪ ਲੱਗੂ ਭਾਈ, ਇਹ ਕਬੂਤਰੀ ਉੱਥੇ ਛੱਡਤੀ ਇੱਕ ਵਾਰੀ ਕਰਾਂ। ਕਬੂਤਰੀ ਭਾਈ ਉੱਥੇ ਹੀ ਬਹਿ ਗਈ ਸਾਡੇ ਕੋਲ, ਹਿੱਲੀ ਨਹੀਂ ਕਬੂਤਰੀ ਭਾਈ। ਅੱਛਾ ਜੀ। ਇਹਨੂੰ ਭਾਈ ਆਪਾਂ, ਮੈਂ ਸਹੁੰ ਚੱਕੀ, ਮੈਂ ਕਿਹਾ ਕਬੂਤਰੀ ਨਾ ਆਪਾਂ ਮਤਲਬ ਕਿਸੇ ਨੂੰ ਦੇਣੀ ਨਹੀਂ ਹੈਗੀ, ਇਹਨੂੰ ਠੀਕ ਕਰਕੇ ਮੈਂ ਆਪਦੇ ਕੋਲ ਰੱਖੂ, ਨਾ ਮੈਂ ਇਹਨੂੰ ਭਾਜੀ ਕੱਟਿਆ ਕਦੇ। ਸਹੀ ਹੈ। ਹੁਣ ਇਹਦੇ ਭਾਈ ਪਰਨਾ ਵਿੱਚੋਂ ਝਾੜੇ ਪੈ ਗਏ, ਮੈਂ ਡਾਈ ਵੀ ਭਾਜੀ ਲਿਆ ਕੇ। ਸਹੀ ਹੈ ਜੀ। ਮੈਂ ਕਿਹਾ ਇਹਨੂੰ ਆਪਾਂ ਪਰ ਨਹੀਂ ਕੱਟਣੇ ਇਹਦੇ। ਇਹ ਭਾਈ ਕਬੂਤਰੀ ਡਾਤੀ, ਮੈਂ ਭਾਜੀ ਗੁਰਦੁਆਰੇ ਰਹੀ ਭਾਈ ਇਹ 20 ਦਿਨ। ਅੱਛਾ ਜੀ। ਉਸ ਤੋਂ ਬਾਅਦ ਭਾਈ ਅਸੀਂ ਕਬੂਤਰੀ ਚਕਾ ਲਈ ਫਿਰ ਇਹ। ਅੱਛਾ ਜੀ। ਕਬੂਤਰੀ ਭਾਈ ਇੰਨੀ ਕੁ ਢਿੱਲੀ ਹੋ ਗਈ, ਉੱਥੇ ਡਿੱਗ ਵੀ ਮੁੰਡਿਆਂ ਨੇ ਚੱਕ ਕੇ ਸਾਨੂੰ ਫੜਾਤੀ। ਸਹੀ ਹੈ। ਠੀਕ ਕੀਤੀ ਭਾਜੀ, ਫਿਰ ਡਾਈ, ਫਿਰ ਉੱਥੇ ਗਈ ਹੈ ਕਬੂਤਰੀ। ਫਿਰ ਭਾਈ ਉੱਥੋਂ ਮੁੰਡਿਆਂ ਨੇ ਚੱਕ ਲਈ, ਕਿਉਂਕਿ ਸਾਡੇ ਘਰਾਂ ਦੇ ਕੋਲ ਹੀ ਹੈ ਗੁਰਦੁਆਰਾ, ਮੁੰਡਿਆਂ ਨੂੰ ਪਤਾ ਕਬੂਤਰ ਰੱਖੇ ਹੋਏ ਸਾਡੇ, ਸਾਨੂੰ ਫੜਾ ਜਾਂਦੇ। ਸਹੀ ਹੈ ਜੀ। ਮੁੜ ਕੇ ਭਾਜੀ ਕਬੂਤਰੀ ਖਿੱਚ ਗਈ ਸਾਡੇ, ਇਹਨੇ ਭਾਜੀ ਉੱਡੀ ਬਹੁਤ ਸੋਹਣੀ ਭਾਜੀ ਕਬੂਤਰੀ, ਬਹੁਤ ਸੋਹਣੀ, ਇਹਦੀ ਨਸਲ ਉੱਡਦੀ ਹੈ ਭਾਜੀ ਸਾਡੇ ਕੋਲ ਹੁਣ, ਇਹ ਕਮੰਡਲੇ ਬੱਚੇ ਕੱਢਦੀ ਹੈ ਭਾਜੀ ਜ਼ਿਆਦਾ। ਸਹੀ ਹੈ, ਸਹੀ ਹੈ ਜੀ, ਪਿਛਲਾ ਬਲੱਡ ਕੱਢ ਦਿੰਦੇ ਆ। ਹਾਂਜੀ ਭਾਈ, ਕਮੰਡਲੇ ਹੀ ਕੱਢਦੀ ਹੈ ਭਾਜੀ। ਠੀਕ ਹੈ ਵੀਰ ਜੀ, ਇਹ ਜੀ ਦੂਸਰਾ ਖੁੱਡਾ ਜਿਹੜਾ ਤੁਹਾਨੂੰ ਆਪਾਂ ਦਿਖਾਇਆ ਸ਼ੌਂਕ ਰਾਇਆ। ਹੁਣ ਆਪਾਂ ਤੁਹਾਨੂੰ ਨੀਚੇ ਬਾਈ ਦੇ ਵੱਡੇ ਕਬੂਤਰ ਦਿਖਾਉਂਦੇ ਹਾਂ ਜੀ, ਜੋੜੀਆਂ ਵਾਲੇ। ਇਹ ਹੈ ਜੀ ਬਾਈ ਦੇ ਵੱਡੇ ਕਬੂਤਰ, ਇਹਦੇ ਵਿੱਚੋਂ ਕੁਝ ਅੜਾਏ ਹੋਏ ਵੀ ਨੇ ਜੀ, ਉਹਨਾਂ ਦਾ ਵੀ ਤੁਹਾਨੂੰ ਸ਼ੌਂਕ ਕਰਾਵਾਂਗੇ ਤੇ ਕੱਲਾ ਕੱਲਾ ਕਬੂਤਰ ਜਿਹੜਾ ਉਹ ਦਿਖਾਵਾਂਗੇ ਜੀ। ਇਹ ਦੇਖੋ ਜੀ, ਲਾਲ ਰੱਤੇ ਗੁੜ ਰੰਗੇ ਵੀ ਵੀਰ ਦੇ ਕੋਲ ਹੈਗੇ ਨੇ, ਤੇ ਕਬੂਤਰਾਂ ਦੇ ਕੱਦ ਕਾਠ ਦੇਖੋ ਤੁਸੀਂ ਬਾਈ ਜੀ। ਅੱਜ ਦਾ ਸ਼ੌਂਕ ਵੀ ਪੂਰਾ ਟੌਪ ਕਲਾਸ ਹੈ ਜੀ, ਸਪੈਸ਼ਲੀ ਵੀਰ ਦਾ ਸ਼ੌਂਕ ਕਰਾਉਣ ਵਾਸਤੇ ਅਸੀਂ ਬਾਈ ਦੇ ਕੋਲ ਅੱਜ ਪਹੁੰਚੇ ਹਾਂ ਜੀ। ਅੱਜ ਕੋਈ ਆਪਾਂ ਇੱਥੇ ਕਬੂਤਰ ਸਿਸਟਮ ਨਹੀਂ ਲਗਾਇਆ, ਸਿਰਫ ਵੀਰ ਦਾ ਤੁਹਾਨੂੰ ਸ਼ੌਂਕ ਕਰਾਉਣਾ ਸੀ ਕਬੂਤਰਾਂ ਦਾ, ਕਿਉਂਕਿ ਕਬੂਤਰ ਪਤਾ ਲੱਗਾ ਸੀ ਕਿ ਬਾਈ ਦੇ ਬਹੁਤ ਜ਼ਿਆਦਾ ਉੱਡਦੇ ਨੇ ਅਤੇ ਬਹੁਤ ਵਧੀਆ ਨੇ। ਇਹ ਕਰੋ ਸ਼ੌਂਕ ਜੀ ਹੈ ਨਾ ਪਰਿੰਦਿਆਂ ਦਾ, ਤੇ ਫਿਰ ਤੁਹਾਨੂੰ ਆਪਾਂ ਕੱਲਾ ਕੱਲਾ ਪਰਿੰਦਾ ਜਿਹੜਾ ਦਿਖਾਉਂਦੇ ਹਾਂ ਜੀ। ਇੱਧਰ ਵੀ ਉੱਪਰ ਵੀਰ ਨੇ ਬੈਠਣ ਲਈ ਵੀ ਬਹੁਤ ਵਧੀਆ ਸਿਸਟਮ ਬਣਾਇਆ ਪੰਛੀਆਂ ਦੇ। ਇਹ ਰੱਤੇ ਵੀਰ ਜੀ ਕਿਹੜੀ ਥਾਂ ਤੋਂ ਆਏ ਨੇ? ਡੱਬੇ ਵੀ ਬਹੁਤ ਸੋਹਣੇ ਉਹਨਾਂ ਡੱਬਿਆਂ ਚੋਂ ਹੀ ਹੈ ਜੀ? ਨਹੀਂ ਨਹੀਂ ਭਾਜੀ, ਇਹ ਸਾਡੇ ਉਸਤਾਦ ਜੀ ਨੇ ਜੀ, ਗਰੇਵਾਲ ਸਾਹਿਬ, ਉਹਨਾਂ ਨੇ ਸਾਨੂੰ ਸਾਰੇ ਗਿਫਟ ਉਹਨਾਂ ਨੇ ਕੀਤੇ, ਡੱਬੇ ਸਾਰੀ ਉਹਨਾਂ ਦੀ ਨਸਲ ਹੀ ਹੈ। ਸਹੀ ਹੈ ਜੀ, A-to-Z ਡੱਬੇ ਉਹਨਾਂ ਦੇ। ਇਹਨਾਂ ਚੋਂ ਕਿਹੜੇ ਉਡਾਏ ਹੋਏ ਦਿਖਾਓ ਬਾਈ ਜੀ ਹੁਣ ਫੜ ਕੇ ਆਪਾਂ? ਇਹ ਭਾਈ ਤਕਰੀਬਨ ਭਾਈ ਡੱਬੇ ਸਾਡੇ ਉਸਤਾਦ ਜੀ ਦੇ ਉੱਡੇ ਹੋਏ ਜੀ ਘਰੇ। ਠੀਕ ਹੈ ਜੀ। ਮਾੜਾ ਜਿਹਾ ਭਾਜੀ ਟੋਕ ਮਾਰਦਾ ਇਹ, ਖੱਟੀ ਆ ਜੀ, ਖੱਟੀ ਭਾ ਮਾਰਦੀ ਉੱਪਰ ਵਾਲੀ ਸਾਈਡ ਤੋਂ, ਅੱਖ 'ਚ ਮਾੜੀ ਜਿਹੀ ਟੌਂਕ ਹੈ ਜੀ। ਪਰ ਦੇਖੋ ਜੀ ਕਬੂਤਰ ਦੇ ਬਹੁਤ ਵਧੀਆ ਜੀ, ਜਿਹੜੀ ਉੱਪਰ ਕਬੂਤਰੀ ਆਪਾਂ ਦੇਖੀ ਉਹਦਾ ਨਾਰ ਹੈ ਜੀ, ਖਟੀਆਂ ਅੱਖਾਂ ਦਾ ਇਹ ਨਾਰ ਹੈ ਜੀ। ਕੱਚੀ ਆ ਭਾਜੀ ਇਹਦੀ ਅੱਖ ਨਾ, ਇਹ ਅੰਦਰ ਨੇਰੇ ਆ ਥੋੜਾ, ਕੱਚੀ ਯੈਲੋ ਆਈ ਦਾ ਭਾਜੀ ਇਸ ਕਬੂਤਰ ਦੀ। ਤੇ ਇਹ ਭਾਜੀ ਯੈਲੋ ਆਈ ਦੇ ਬੱਚੇ ਕੱਢਦਾ ਜ਼ਿਆਦਾਤਰ ਆਪਣੇ ਕੋਲ ਭਾਜੀ, ਸਾਰੀ ਬਲੱਡ ਲਾਈਨ ਥੱਲੇ ਇਹਦੀ ਫਿਰਦੀ ਹੈ ਜੋੜੇ ਦੀ। ਸਹੀ ਹੈ ਜੀ, ਬਹੁਤ ਵਧੀਆ ਹੈ ਜੀ। ਉਹ ਝਾੜੇ ਪਿਆ ਹੋਇਆ ਭਾਜੀ ਕਬੂਤਰ, ਇਹ ਕਬੂਤਰ ਆ ਭਾਜੀ, ਆ ਗਈ ਇਹਦੀ ਨਸਲ ਚੋਂ ਭਾਜੀ ਕਬੂਤਰ। ਕੱਚੀਆਂ ਪੀਲੀਆਂ ਦੇ ਜ਼ਿਆਦਾ ਤੁਸੀਂ ਤਿਆਰ ਕੀਤੇ ਨੇ? ਹਾਂਜੀ, ਆਪਾਂ ਨੂੰ ਸ਼ੌਂਕ ਹੀ ਇਹਨਾਂ ਦਾ ਜੀ। ਬਹੁਤ ਵਧੀਆ ਹੈ ਜੀ। ਦੇਖੋ ਜੀ ਖੱਟੀਆਂ ਸੀ ਜੀ,
ਛੋਟੀ ਜੀ ਨੱਕ ਆਇਆ ਕਬੂਤਰ ਹੈ ਹਾਂਜੀ ਨਰ ਹੈ ਜੀ ਇਹ ਬੜਾ ਛੋਟੇ ਜਿਹੇ ਸਰੀਰ ਦਾ ਜੀ ਆ ਦੇਖੋ ਜੀ ਬਾਲਾ ਇਹਦੀ ਬਾਲੀ ਛੋਟੀ ਜਈ ਹੈ ਹਾਂਜੀ ਬਾਲਾ ਛੋਟਾ ਜਿਹਾ ਸਰੀਰ ਹੈ ਜੀ ਇਹਦਾ ਜਾਨਵਰ ਦਾ ਐ ਜੀ ਬਾਈ ਹੁਣਾਂ ਨੇ ਇੱਕ ਆ ਵੀ ਇਹਦਾ ਭਾਈ ਹੈ ਜੀ ਸਕਾ ਇਹਦੀ ਨੋਕ ਹੋ ਜਈ ਹੈ ਥੋੜੀ ਜੀ ਵੱਡੀ ਆ ਉਹਦੇ ਨਾਲ ਉਹ ਉਹ ਛੋਟੀ ਨੋਕ ਦਾ ਜੀ ਸਹੀ ਆ ਜੀ ਚਪਟੇ ਸਿਰ ਦਾ ਇਹ ਵੀ ਨਾਲ ਜੀ ਇਹ ਭਾਈ ਇਹਦਾ ਸਕਾ ਭਾਈ ਹੈ ਇਹਦਾ ਜੀ ਆਪਣੇ ਕੋ ਭਾਈ ਜਿੰਨੀ ਨਸਲ ਫਿਰਦੀ ਹੈ ਕਿਉਂਕਿ ਆਪਾਂ ਨੂੰ ਭਾਈ ਵਿਸ਼ਵਾਸ ਹੀ ਸੀ ਨਸਲ ਤੇ ਜੀ ਠੀਕ ਆ ਜੀ लो भाई जी तुहानू दस दिए बाई दी पीलियां अखां कच्चियां पीलियां कुछ थोड़ियां जिहियां गाड़ियां ने ते इही नसल जिहड़े वीर दे कोल उड़दी आ ते बाजियां दे विच छे दे छे जिहड़े इही कबूतर जिहड़े उड़ाए जांदे ने जी पूरे टॉप क्लास परिंदे ने वीर दे कोल नसलां उपर तो उपर ने जी बहुत वधिया वीर जी आ भाई साडे ताजी दा कबूतर है जी इस कबूतर ने भाई बहुत डर दित्ती ताजी दे घरे ठीक है जी इहदा ना साडे ताजी ने तारा रख्या हुंदा लो जी अख च इहदी तारा बणदा जी इस करके ਇਹਦਾ ਨਾਂ ਜਿਹੜਾ ਤਾਰਾ ਰੱਖ ਦਿੱਤਾ ਗਿਆ ਜੀ ਲਓ ਜੀ ਇਸ ਕਬੂਤਰ ਨੇ ਭਾਜੀ ਪੂਰੀ ਵਧੀਆ 42-43 ਡਿਗਰੀ ਟੈਂਪਰੇਚਰ 'ਚ ਪੂਰੇ ਸ਼ਹਿਰ 'ਚ ਭਾਜੀ ਲਾਸਟ ਕਬੂਤਰ ਦਾ ਨਾਮ ਜਿੱਤਿਆ ਹੋਇਆ ਲਓ ਜੀ ਲੁਧਿਆਣੇ ਸ਼ਹਿਰ ਦੇ ਵਿੱਚ ਲਾਸਟ ਕਬੂਤਰ ਦਾ ਨਾਮ ਜਿੱਤਿਆ ਹੋਇਆ ਗਰਮੀ ਦੇ ਵਿੱਚ ਇਸ ਕਬੂਤਰ ਨੇ ਜੀ ਬਹੁਤ ਵਧੀਆ ਪਰਿੰਦਾ ਆ ਜੀ ਆ ਵੀ ਸਾਡੇ ਤਾਜੀ ਨੇ ਸਾਨੂੰ ਕਬੂਤਰ ਗਿਫਟ ਕੀਤਾ ਹੀ ਰੱਤਾ ਇਹ ਰੱਤਾ ਖੱਟੀਆਂ ਦਾ ਦੇਖੋ ਜੀ ਇੱਕ ਬਹੁਤ ਸੋਹਣਾ ਪਰਿੰਦਾ ਹੈ ਜੀ ਇਹ ਬਾਈ ਉਹਨਾਂ ਨੇ ਜੋੜੇ ਵੀ ਲਾਏ ਹੋਏ ਨੇ ਅੰਦਰ ਖਾਨੇ ਬਣਾਏ ਹੋਏ ਨੇ ਵੱਖਰੇ ਵੱਖਰੇ ਦੇਖੋ ਜੀ ਮਿਹਨਤ ਬਹੁਤ ਕੀਤੀ ਹੋਈ ਹੈ ਵੀਰ ਆਪਾਂ ਤਾਂ ਲਾਏ ਜੀ ਤਾਂ ਕਿ ਮਿਸ ਨਾ ਹੋਵੇ ਜੀ ਮਿਸ ਨਾ ਪਵੇ ਜੀ 6 ਖਾਨੇ ਉੱਪਰ ਬਣਾਏ ਹੋਏ ਨੇ ਜੀ ਲਗਭਗ 6 ਜੋੜੀਆਂ ਇਹਨਾਂ 'ਚ ਲਾਈਆਂ ਹੋਈਆਂ ਨੇ ਤੇ 2 ਇੱਧਰ ਵੀ ਨੇ ਜੀ ਇਸ ਸਾਈਡ ਤੇ ਵੀ ਜੀ ਬਹੁਤ ਵਧੀਆ ਵੀਰ ਜੀ ਆ ਵੀ ਸਾਡੇ ਉਸਤਾਦ ਜੀ ਨੇ ਮਿੱਤਰ ਨੂੰ ਦਿੱਤਾ ਹੋਇਆ ਜੀ ਇਹ ਦੇਖੋ ਜੀ ਪਲਕਾਂ ਇਹਦੀਆਂ ਵੀ ਸੰਦੂਰੀ ਨੇ ਜੀ ਬਹੁਤ ਵਧੀਆ ਇਹਦੇ ਜੀ ਆ ਦੇਖੋ ਪੈਰ ਜੀ ਕਬੂਤਰ ਦੇ ਦੇਖੋ ਪੈਰ ਨੀਲੇ ਵੀਰੇ ਫੁੱਲ ਨੀਲੇ ਪੈਰ ਆ ਪੈਰਾਂ ਤੇ ਡੱਕੇ ਨੇ ਜੀ ਠੀਕ ਆ ਬਾਈ ਜੀ ਤੁਹਾਨੂੰ ਕਬੂਤਰ ਦਿਖਾਉਣਾ ਭਾਈ ਸਾਰੇ ਡੈਰੀ ਵਾਲੇ ਵੀਰ ਭਰਾ ਆਪਣੇ ਨੂੰ ਆਪਣਾ ਵੀਰ ਆ ਸਾਰੇ ਜਾਣਦੇ ਨੇ ਆ ਕਬੂਤਰ ਨੇ ਭਾਈ ਆਪਣੀ ਜ਼ਿੰਦਗੀ ਚ ਕਦੀ ਪਿੱਠ ਨੀ ਲੱਗਣ ਦਿੱਤੀ ਭਾਈ ਸਹੀ ਹੈ ਜੀ ਕਬੂਤਰ ਨੇ ਭਾਈ ਆਪਣਾ ਹਮੇਸ਼ਾ ਮਾਣ ਹੀ ਰੱਖਿਆ ਬੜੀਆਂ ਬਾਈਆਂ ਚੜਾਇਆ ਭਾਈ ਕਬੂਤਰ ਇਹ ਇੱਥੇ ਛੱਡਣਾ ਲਓ ਜੀ ਇਹ ਸਾਡਾ ਪੁੱਤ ਹੈ ਜੀ ਇਹ ਇਹਨੂੰ ਮੈਂ ਕਦੀ ਕੱਟਿਆ ਨਹੀਂ ਜੀ ਇਹਨੂੰ ਝਾੜੇ ਪਿਆ ਹੋਇਆ ਹੈ ਠੀਕ ਹੈ ਜੀ ਇਹਨੂੰ ਐਂ ਹੀ ਮਤਲਬ ਪਹਿਲੀ ਵਾਰ ਜ਼ਿੰਦਗੀ ਨੂੰ ਜੋ ਇੰਨੇ ਸਾਲਾਂ ਬਾਅਦ ਹੁਣ ਇਹਨੂੰ ਜੋੜ ਚਲਾਇਆ ਸਹੀ ਹੈ ਜੀ ਬਹੁਤ ਸੋਹਣਾ ਜੀ ਦੇਖੋ ਜੀ ਕਿੰਨੇ ਕਿੰਨੇ ਵਧੀਆ ਵੀਰ ਦੇ ਕੋਲ ਕੱਚੀਆਂ ਪੀਲੀਆਂ ਖਾਣੇ ਪੁੱਤਰ ਨੇ ਜੀ ਪਿਓਰ ਲਾਲ ਚੀਨਾ ਦੂਰੇ ਦੱਸ ਦਿੰਦੇ ਆ ਜੀ ਕਬੂਤਰ ਵੀ ਆਪਾਂ ਹੈਗੇ ਆ ਵਿੱਚ ਹੀ ਛੱਡੋ ਜੀ ਇਹਨੂੰ ਦਿਖਾਉਂਦੇ ਆ ਵਿੱਚ ਹੀ ਆਪਾਂ ਛੱਡ ਕੇ ਆ ਜੋੜਾ ਹੀ ਆ ਜੀ ਇਹਨਾਂ ਐ ਲਓ ਜੀ ਕਬੂਤਰੀ ਨਾਲ ਡੱਕਿਆਂ ਵਾਲੀ ਚਿੱਟੀਆਂ ਖਾਂਦੀ ਹੈ ਜੀ ਹਾਂਜੀ ਹਾਂ ਚਿੱਟੀਆਂ ਦੀ ਲਓ ਜੀ ਜੋੜਾ ਦੇਖੋ ਵੀਰ ਦਾ ਕਬੂਤਰ ਦਾ ਕੱਦ ਕਾਠ ਬਹੁਤ ਸੋਹਣਾ ਜੀ ਬਹੁਤ ਵਧੀਆ ਜੀ ਇਹ ਕਾ ਜੋੜਾ ਬਾਈ ਆ ਵੀ ਸਾਡੇ ਤਾਜੀ ਦਾ ਹੀ ਆ ਜੀ ਉਹਨਾਂ ਨੇ ਆਪਾਂ ਨੂੰ ਗਿਫਟ ਕੀਤਾ ਹੈ ਐ ਲਓ ਜੀ ਕੱਲੇ ਕੱਲੇ ਜੋੜੇ ਵੀਰ ਨੇ ਲਾਏ ਹੋਏ ਨੇ ਤਾਂ ਜੋ ਮਿਸ ਨਾ ਪਵੇ ਜੀ ਸ਼ੌਂਕ ਬਹੁਤ ਜ਼ਿਆਦਾ ਬਾਈ ਹੁਣਾਂ ਨੂੰ ਇੱਕ ਜੋੜਾ ਉੱਧਰ ਲਾਇਆ ਜੀ ਪਰਦੇ ਕੋਲ ਇਹ ਵੀ ਦਿਖਾ ਦਈਏ ਤੁਹਾਨੂੰ ਜੀ ਬੱਚੇ ਕੱਢੇ ਹੋਏ ਨੇ ਇਹਦੇ ਵਿੱਚ ਵੀ ਇੱਕ ਆ ਲਾਲ ਪੂਰਾ ਕਬੂਤਰ ਆ ਜੀ ਇਹ ਦੋ ਬੱਚੇ ਕੱਢੇ ਨੇ ਨਾਲ ਲਾਲ ਚੀਨੀ ਕਬੂਤਰੀ ਆ ਜੀ ਬਹੁਤ ਵਧੀਆ ਜੀ
ਇਹ ਜੀ ਬਾਈ ਦੇ ਤੁਸੀਂ ਇੱਕ ਖੁੱਡੇ ਦਾ ਸ਼ੌਂਕ ਕੀਤਾ, ਇੱਕ ਹੋਰ ਅੰਦਰ ਕੁਝ ਜਾਲਾਂ ਦੇ ਵਿੱਚ ਵੀ ਵੀਰ ਦੇ ਜੋੜੇ ਲਾਏ ਹੋਏ ਨੇ। ਅੱਜ ਕੱਲ੍ਹ ਤੁਹਾਨੂੰ ਪਤਾ ਕਿ ਖੁੱਡੇ ਇੰਨੇ ਕੁ ਕਬੂਤਰਬਾਜ਼ ਦੇ ਕੋਲ ਹੁੰਦੇ ਕਿ ਖੁੱਡੇ ਮੁੱਕਦੇ ਹੀ ਨਹੀਂ। ਬੰਦਾ ਕਹਿੰਦਾ ਕਿ ਦੋ ਚਾਰ ਖੁੱਡੇ ਹੋਰ ਬਣਾ ਲਵਾਂ। ਬਾਈ ਉਹ ਇੱਕ ਚਿੱਟੀਆਂ ਅੱਖਾਂ ਵਾਲਾ ਕਬੂਤਰ ਦਿਖਾਓ, ਉਹ ਜਿਹੜਾ ਪਰੇ ਫਿਰਦਾ। ਹਾਂਜੀ, ਆਹ ਕਬੂਤਰ ਦਾ ਕੱਦ ਕਾਠ ਵੀ ਬਹੁਤ ਚੰਗਾ, ਆਪਾਂ ਨੂੰ ਵਧੀਆ ਲੱਗਾ। ਮੈਂ ਕਿਹਾ ਵੀਰਾਂ ਨੂੰ ਇਹਦਾ ਵੀ ਸ਼ੌਂਕ ਕਰਾਉਂਦੇ, ਤੇ ਅੱਖ ਦੇਖੋ ਜੀ ਕਬੂਤਰ ਦੀ, ਇਹ ਲਾਲਗੀ ਆ ਗਈ ਜੀ, ਲਾਲ ਡੋਰਾ ਆ ਗਿਆ, ਫੁੱਲ ਉਡਾਰ ਦਊਗਾ ਜੀ ਇਹ ਵੀ ਕਬੂਤਰ। ਇਹ ਭਾਈ ਕਬੂਤਰ ਆਪਾਂ ਨੂੰ ਕਿਸੇ ਬਾਈ ਨੇ ਆਪਣੇ ਮਿੱਤਰ ਨੇ ਗਿਫਟ ਕੀਤਾ ਹੋਇਆ, ਬਹੁਤ ਵਧੀਆ ਹੈ ਜੀ, ਸੋਹਣਾ ਕਬੂਤਰ ਹੈ ਜੀ, ਤੇ ਛੱਡਣਾ ਜੀ ਇਹਨੂੰ, ਬਹੁਤ ਵਧੀਆ ਕਬੂਤਰ ਆ ਬਾਈ। ਇਹ ਦੇਖੋ ਜੀ ਕਬੂਤਰ, ਤੁਹਾਨੂੰ ਆਹ ਦਿਖਾਉਣਾ ਭਾਈ ਕਬੂਤਰ ਇੱਕ ਆਪਣਾ ਭਾਈ ਟੂਰਨਾਮੈਂਟ ਚੜਾਏ ਕਬੂਤਰ ਆਪਾਂ ਭਾਜੀ ਸਵੇਰੇ ਨਾ ਕਬੂਤਰ 6 ਵਜੇ ਆਪਾਂ ਪੱਲਾ ਮਾਰਿਆ, 6:30 ਕਬੂਤਰ ਬਹਿਣ ਲੱਗ ਗਿਆ, 6:30 ਬਹਿਣ ਲੱਗ ਗਿਆ ਜੀ। ਖੱਟੀ ਕਾਲੀ ਦਾ ਜੀ, ਇਹ ਖੱਟੀ ਕਾਲੀ ਅੱਖ ਦਾ, ਇਹਦੀ ਜੀ ਚੁੰਝ ਮਦਰਾਸੀਆਂ ਵਰਗੀ ਆ। ਹਾਂਜੀ ਹਾਂਜੀ ਹਾਂਜੀ, ਤੇ ਇਹ ਭਾਜੀ ਕਬੂਤਰ ਨਾ ਭਾਜੀ ਬਹਿਣ ਲੱਗ ਗਿਆ, ਤੇ ਕਬੂਤਰ ਭਾਈ ਮੋਹਨ ਸਾਹਿਬ ਜਿਹੜੇ ਸਾਡੇ ਕੋਠੇ ਆਏ ਹੋਏ ਸੀ ਜੱਜ ਬੰਦੇ, ਕਹਿੰਦੇ ਭਾਜੀ ਕਬੂਤਰ ਤੁਹਾਡਾ ਬਾਹਰ ਡਿੱਗੂ। ਹਾਂਜੀ ਕਬੂਤਰ ਭਾਜੀ 5 ਵਜੇ ਬੈਠਾ ਜੀ ਭਾਈ, ਪੂਰੀ ਗਰਮੀ। ਸਹੀ ਹੈ ਸਹੀ ਹੈ, ਮਤਲਬ ਨਸਲਾਂ ਜਿਹੜੀਆਂ ਹੈਗੀਆਂ ਥੋੜੇ ਕਿਤੇ ਘਰ ਨਹੀਂ ਕੱਟਦੀਆਂ, ਪੂਰੀ ਕੋਸ਼ਿਸ਼ ਹੁੰਦੀ ਆ ਕਿ ਕਬੂਤਰ ਘਰ ਹੀ ਆਣ ਕੇ ਬੈਠਣ ਦੀ। ਠੀਕ ਆ ਵੀਰ ਜੀ, ਇਹ ਲਓ ਜੀ ਬਾਈ ਹੁਣਾਂ ਦਾ ਇੱਕ ਜੋੜਾ ਤੁਹਾਨੂੰ ਦਿਖਾਈਏ, ਲਾਲ ਚੀਨਿਆਂ ਦਾ ਜੀ, ਲਾਲ ਚੀਨੇ ਬਹੁਤ ਵਧੀਆ ਨਲੀ ਪੈਰੇ ਕਬੂਤਰ ਨੇ ਜੀ। ਸਾਡੇ ਹੈਪੀ ਸਟਾਰ ਜੀ ਨੇ ਜੀ, ਉਹਨਾਂ ਨੇ ਆਪਾਂ ਨੂੰ ਜੋੜਾ ਗਿਫਟ ਕੀਤਾ ਹੈ ਜੀ। ਇਹਨਾਂ ਦੇ ਵਿੱਚ ਵੀ ਚੰਗੇ ਉੱਡੇ ਨੇ ਜੀ ਕਿ ਜਿਹੜਾ ਉੱਪਰ ਲਾਲ ਚੀਨਾ ਬੱਚਾ ਨਹੀਂ, ਜਿਹੜਾ ਮੈਂ ਤੁਹਾਨੂੰ ਕਹਿੰਦਾ ਜੀ ਉੱਡਦਾ ਰਹਿ ਜਾਂਦਾ, ਮੋਜਾ ਸੁੱਕ ਗਿਆ ਜਿਹੜਾ 3 ਵਰੀ ਡਾਇਆ ਰਾਤ ਨੇ, ਉਹ ਇਹਨਾਂ ਦਾ ਹੀ ਬੱਚਾ ਜੀ। ਇੱਕ ਭਾਈ ਉਹਦਾ ਮੁੜਿਆ ਨੀਗਾ ਜੀ, ਰਾਤ ਹੀ ਰਹਿ ਗਿਆ ਉਹ, ਆ ਦਾਦ ਕੋਈ ਹੁਣ ਵੀ ਕੱਢੇ ਲਾਲ ਚੀਨੇ ਮੋਜੇ ਹੀ ਨੇ ਜੀ। ਦੋ ਬੱਚੇ ਇਹਨਾਂ ਦੇ ਕੱਢੇ ਹੋਏ ਨੇ ਜੀ, ਬਹੁਤ ਵਧੀਆ ਜੀ, ਤੇ ਜੋੜਾ ਵੀ ਪੂਰਾ ਵਧੀਆ ਹੈ ਜੀ। ਆਹ ਲਓ ਵੀਰ ਜੀ, ਇਹ ਵੀਰ ਦਾ ਬਣਾਇਆ ਹੋਇਆ ਜਾਲ, ਇਹਦਾ ਵੀ ਕਰੋ ਸ਼ੌਂਕ, ਤੇ ਇਹਦੇ ਵਿੱਚ ਲਾਈਆਂ ਹੋਈਆਂ ਜੋੜੀਆਂ, ਇਹਨਾਂ ਦਾ ਵੀ ਤੁਹਾਨੂੰ ਸ਼ੌਂਕ ਕਰਾਉਣ ਜਾ ਰਹੇ ਹਾਂ, ਤੇ ਕਬੂਤਰ ਇਹਦੇ ਵਿੱਚ ਵੀ ਪੂਰੇ ਟੌਪ ਕਲਾਸ ਨੇ ਜੀ। ਲਓ ਜੀ ਡੱਬਿਆਂ ਦਾ ਜੋੜਾ ਇੱਕ ਇਹ ਲੱਗਾ ਪਿਆ, ਇਹ ਜੋੜੇ ਨੇ ਵੀ ਅੰਡੇ ਰੱਖੇ ਹੋਏ ਨੇ ਜੀ, ਇਹ ਤੁਹਾਨੂੰ ਸ਼ੌਂਕ ਕਰਾ ਰਹੇ ਹਾਂ ਬਾਈ ਜੀ। ਇੱਕ ਗੱਲ ਦੱਸਦੀ ਹੈ, ਸਿਰਫ ਤੁਹਾਡੇ ਸ਼ੌਂਕ ਦੇ ਲਈ ਹੈ ਜੀ, ਵੀਰ ਨੇ ਟੋਕਰੀਆਂ ਸਪੈਸ਼ਲ ਲਿਆਂਦੀਆਂ ਹੋਈਆਂ ਨੇ ਬਾਈ। ਇਹ ਕਿੱਥੋਂ ਲਿਆਂਦੀਆਂ ਸੀ? ਇਹ ਭਾਈ ਆਪਣੇ ਫਲੋਰ ਮਿਲਦੀ ਹੈ ਜੀ। ਕਿੰਨੇ ਕਿੰਨੇ ਦੀ ਮਿਲੀ ਹੈ ਟੋਕਰੀ ਜੀ? ਇਹ ਭਾਈ ਆਪਾਂ ਨੂੰ 40-50 ਰੁਪਏ ਦੀ ਹੈ ਜੀ ਮੇਰੇ ਖਿਆਲ। ਬਹੁਤ ਵਧੀਆ ਵੀਰੇ, 40-50 ਰੁਪਏ 'ਚ ਬਹੁਤ ਖੁੱਲੀ ਡੁੱਲੀ ਟੋਕਰੀ ਮਿਲੀ। ਨਾਲੇ ਭਾਈ ਇਹ ਦਰਿਆ ਦੇ ਵਿੱਚ ਨਹੀਂ ਲੱਗੀਆਂ ਹੁੰਦੀਆਂ ਜੀ? ਹਾਂਜੀ। ਇਹ ਭਾਈ ਨਾ ਇਹ ਖਰਾਬ ਹੁੰਦੀ ਹੈ ਜੀ, ਠੀਕ ਹੈ, ਜਿੰਨਾ ਮਰਜ਼ੀ ਜਿਵੇਂ ਜਾਨਵਰ ਬਿੱਠ ਮਾਰ ਦਿੰਦਾ ਨਾ, ਕਈ ਲੱਕੜ ਟੁੱਟਣ ਲੈ ਜੇ ਗਲ ਗਲ ਜਾਂਦੀ ਹੈ। ਹਾਂਜੀ, ਇਹਨੂੰ ਭਾਈ ਕੁਛ ਨਹੀਂ ਹੁੰਦਾ ਟੋਕਰੀ ਨੂੰ। ਸਹੀ ਹੈ ਜੀ, ਬਹੁਤ ਵਧੀਆ। ਆਪਾਂ ਸਪੈਸ਼ਲ ਆਰਡਰ ਤੇ ਬਣਵਾਈ ਸੀਗੀ ਜੀ, ਇਹਦਾ ਦੂਜੀ ਸ਼ੀਟੀ ਨਹੀਂ ਬਣਾ ਕੇ ਦੇ ਦਿੰਦੇ ਹੁੰਦੇ ਜੀ। ਮੇਰਾ ਖੋਲਿਓ ਜਿਹੜਾ ਖੁੱਡੇ ਤੁਸੀਂ, ਮੈਂ ਆਪਾਂ ਸ਼ੌਂਕ ਕਰਾ ਦਈਏ ਸਾਰੇ ਕਬੂਤਰਾਂ ਦਾ। ਐਂ ਲਓ ਜੀ, ਜੋੜੇ ਇੱਕ ਤੋਂ ਇੱਕ ਪਏ ਨੇ ਜੀ, ਲਾਲ ਭੂਰੇ ਰੱਤੇ ਡੱਬੇ ਬਾਈ ਦੇ ਕੋਲ ਬਹੁਤ ਜ਼ਿਆਦਾ ਨੇ ਜੀ, ਅੰਡੇ ਰੱਖੇ ਹੋਏ ਇਹਨਾਂ ਜੋੜਿਆਂ ਦੇ ਲਗਭਗ, ਅਤੇ ਮਿਹਨਤ ਬੜੀ ਆ ਬਾਈ, ਇੰਨੇ ਖਾਨਿਆਂ ਨੂੰ ਸਾਂਭਣਾ ਹੀ ਬੜਾ ਔਖਾ ਹੋ ਜਾਂਦਾ ਜਿੰਨੇ ਕੁ ਵੀਰ ਦੇ ਕੋਲ ਕਬੂਤਰ ਨੇ ਜੀ। ਸਾਰੇ ਡੱਬੇ ਇਹਨਾਂ ਦੇ ਬਚੇ, ਦੇਖੋ ਜੀ ਇੱਕ ਡੱਬਾ ਜੋੜਾ ਕਾਲੇ ਡੱਬੇ ਜੀ, ਇਹਨਾਂ ਦੀ ਨਸਲ ਹੈ ਸਾਰੀ ਕਾਲੇ ਨੀਲੇ। ਅੱਛਾ, ਇਹਨਾਂ ਤੋਂ ਤਿਆਰ ਹੋਈ ਹੈ ਸਾਰੀ, ਇਹਨਾਂ ਤੋਂ ਸਾਰੀ ਤਿਆਰ ਹੋਈ ਹੈ ਜੀ ਨਸਲ ਬਾਈ। ਇਹ ਡੱਬੇ ਤੁਹਾਨੂੰ ਦੱਸਿਆ ਵੀਰ ਦੇ ਸ਼ਾਮ ਸ਼ਾਮ ਤੱਕ ਉੱਡਦੇ ਨੇ ਜੀ, ਬਹੁਤ ਚੰਗੀ ਕੁਆਲਿਟੀ ਦੇ ਕਬੂਤਰ ਨੇ ਜੀ, ਦਿਲ ਖੁਸ਼ ਪਰਿੰਦੇ ਕਦੇ ਕਦੇ ਦੇਖਣ ਨੂੰ ਮਿਲਦੀਆਂ ਇਹੋ ਜਿਹੀਆਂ ਚੀਜ਼ਾਂ ਜੀ। ਬਹੁਤ ਵਧੀਆ ਵਧੀਆ ਜੀ ਪਰਿੰਦੇ, ਇਹ ਲਓ ਜੀ ਇਹ ਵੀ ਕਰੋ ਸ਼ੌਂਕ, ਲਾਲ ਚੀਨੇ ਚਿੱਟੀਆਂ ਦੇ ਜੀ, ਇੱਕ ਕਾਲੀ ਚੀਨੀ ਕਬੂਤਰੀ ਹੈ ਸ਼ਾਇਦ, ਅਤੇ ਲਾਲ ਚੀਨਾ ਕਬੂਤਰ ਹੈ ਜੀ, ਬਹੁਤ ਵਧੀਆ ਜੀ। ਇਹ ਲਓ ਜੀ ਇੱਕ ਡੱਬਿਆਂ ਦਾ ਹੋਰ ਸ਼ੌਂਕ ਕਰੋ ਜੀ, ਸਾਡੇ ਪਾ ਜੀ ਦੀ ਵੱਡੀ ਕਬੂਤਰੀ ਹੈ ਡੱਬੀ। ਵਾਹ ਜੀ ਵਾਹ, ਦੇਖੋ ਬਾਈ ਜੀ ਸੋਹਣੇ ਵੀ ਰਜਮੇ ਆ, ਅਤੇ ਉਡਾਰ ਵੀ ਰਜਮੀ ਆ ਜੀ, ਇਹੋ ਜਿਹੇ ਕਬੂਤਰ ਕਦੇ ਕਦੇ ਹੀ ਦੇਖਣ ਨੂੰ ਮਿਲਦੇ ਆ ਜੀ। ਬਾਈ ਨੇ ਇੰਨਾ ਤਗੜਾ ਸ਼ੌਂਕ ਕੀਤਾ ਹੋਇਆ, ਲੁਧਿਆਣੇ ਸ਼ਹਿਰ ਦੇ ਵਿੱਚ ਇਹ ਸ਼ੌਂਕ ਹੈ ਜੀ, ਆਪਾਂ ਤੁਹਾਨੂੰ ਲੁਧਿਆਣੇ ਸ਼ਹਿਰ ਦੀਆਂ ਟੌਪ ਦੀਆਂ ਛੱਤਾਂ ਦਾ ਸ਼ੌਂਕ ਕਰਾਵਾਂਗੇ ਜੀ, ਜਿਵੇਂ ਕਿ ਛੱਤ ਬਹੁਤ ਵਧੀਆ ਛੱਤ ਹੈ, ਅਤੇ ਇੱਥੇ ਕਬੂਤਰ ਵੀ ਤੁਸੀਂ ਦੇਖ ਲਏ ਇੱਕ ਤੋਂ ਇੱਕ ਚੜ੍ਹਦਾ ਜੀ, ਕੱਚੀਆਂ ਪੀਲੀਆਂ ਦੇ ਬਹੁਤ ਜ਼ਿਆਦਾ ਨੇ ਵੀਰ ਦੇ ਕੋਲ, ਬਹੁਤ ਵਧੀਆ ਵਧੀਆ ਪਰਿੰਦੇ ਨੇ ਵੀਰ ਦੇ ਕੋਲ। ਇਹ ਦੇਖੋ ਜੀ ਇੱਕ ਲਾਲ ਚੀਨੀ ਦਾ ਇਹ ਹੈ ਜੀ ਜੋੜ, ਕਬੂਤਰ ਦੇਖੋ ਜਿਹੜਾ ਬੈਠਾ ਟੋਕਰੀ 'ਤੇ ਕਿੰਨਾ ਸੁਨੱਖਾ ਆ ਜੀ, ਕੁਝ ਕਬੂਤਰਾਂ ਦੀ ਟੌਰ ਵੀ ਚੰਗੀ ਅਤੇ ਉਡਾਰ ਵੀ ਚੰਗੀ, ਕਈ ਵਾਰ ਕਬੂਤਰ ਦੇਖਣ ਨੂੰ ਇਵੇਂ ਹੁੰਦਾ ਭੱਦਾ ਜਿਹਾ, ਪਰ ਉਡਾਰ ਬਹੁਤ ਜ਼ਿਆਦਾ ਦਿੰਦੇ ਆ ਜੀ।
ये फिर एक बार तुम दस दी है मनू वीर डायरिया तो उन्होंने कबूतर ने ते उस्ताद तेज गरेवाल ते हैप्पी उस्ताद जी हैबोवाल उन्होंने शागिर्द ने जी ते वधिया कंपीटीशन दे विच भाग लेंदे ने वधिया उड़ान भी आंदी है जी। ये जी वीर दे कबूतर जिन्हां दा तुसीं शौक कीता, बाकी वीर दा शौक किदां दा लगा जी दसना जरूर, वीडियो नूं लाइक शेयर कमेंट करना ते अपना चैनल विराट पीजन क्लब नूं सबसक्राइब भी जरूर करियो जी ਤਾਂ ਜੋ ਆਉਣ ਵਾਲੀ ਹਰ ਨਵੀਂ ਵੀਡੀਓ ਤੁਸੀਂ ਛੇਤੀ ਤੋਂ ਛੇਤੀ ਦੇਖ ਸਕੋ। ਨਵੀਂ ਵੀਡੀਓ ਆਉਣ ਤੱਕ ਲਈ ਇੰਤਜ਼ਾਰ ਕਰੋ। ਧੰਨਵਾਦ, ਸ਼ੁਕਰੀਆ, ਮਿਹਰਬਾਨੀ ਜੀ।